ਧੌਣ ਚੋਂ ਕੀਲਾ ਮੋਦੀ ਦੇ ਕੱਢਿਆ, ਸਾਰੇ ਤਿੰਨ ਕਾਲੇ ਕਾਨੂੰਨ ਵਾਪਸ ਕਰਾ ਕੇ ਮੁੜਿਆ। ਇਸ ਦੇ ਨਾਲ ਤਾਂ ਸਥਿਤੀ ਉਦੋਂ ਬਿਹਤਰ ਹੈ। ਹਰਿਆਣਾ ਜਿਹੜਾ 4 ਗੁਣਾ ਜ਼ਿਆਦਾ ਤਿਆਰੀ ਜਿਹੜੀ ਇਸ ਵਾਰ ਹਰਿਆਣੇ ਦੇ ਵਿੱਚ ਹੋਈ ਹੋਈ ਹੈ, ਇਹਦਾ ਅੰਦਾਜ਼ਾ ਤੁਸੀਂ ਖੱਟਰ ਸਰਕਾਰ ਤੋਂ ਲਗਾ ਸਕਦੇ ਹੋ। ਕਿੰਨੀ ਡਰੀ ਹੋਈ ਸਰਕਾਰ ਹੈ। ਐਂਬੂਲੈਂਸ ਵਗੈਰਾ ਨੂੰ ਮਰੀਜ਼ਾਂ ਦੀਆਂ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ, ਗੰਭੀਰ ਹਾਲ ਦੇ ਵਿੱਚ ਉੱਥੋਂ ਲੰਘਣ ਨਹੀਂ ਜਾ ਰਿਹਾ, ਸ਼ਰਮਨਾਕ ਕਰ ਹੈ। ਨੌਜਵਾਨੀ ਸਾਡੇ ਦੇ ਵਿੱਚ ਬਹੁਤ ਜ਼ਿਆਦਾ ਆ ਰਹੀ ਹੈ, ਉਹਨਾਂ ਦਾ ਇੰਨਾ ਹੌਸਲਾ ਹੈ ਵੀ ਰੋਕ ਰੋਕ ਕੇ ਰੱਖੀ ਦੇ ਸਾਨੂੰ, ਤਾਂ ਨਹੀਂ ਉਹ ਤਾਂ ਐਂ ਕਹਿੰਦੇ ਨੇ ਵੀ ਅਸੀਂ ਹੁਣ ਹੀ ਚੱਕ ਕੇ ਪੱਥਰ ਪਰਾਂ ਮਾਰਾਂਗੇ। ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ, ਮੈਂ ਅਮਨਦੀਪ ਸਿੰਘ ਮਾਝਾ। ਭਾਰਤੀ ਕਿਸਾਨ ਜਥੇਬੰਦੀਆਂ ਲਗਾਤਾਰ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਕਿ ਦਿੱਲੀ ਵੱਲ ਕੂਚ ਕਰਾਂਗੇ, ਕਿਉਂਕਿ ਜਿਹੜੀ ਮੀਟਿੰਗ ਦਾ ਸਿੱਟਾ ਨਿਕਲਿਆ ਉਹ ਸਾਰਥਿਕ ਨਹੀਂ ਨਿਕਲਿਆ ਕਿਤੇ ਨਾ ਕਿਤੇ, ਜਿਹੜੀ ਅੱਧ ਵਿਚਾਲੀ ਹੋਈ ਆ ਗੱਲ। ਅਤੇ ਹੁਣ ਜੇ ਗੱਲਬਾਤ ਕਰੀਏ ਤਾਂ ਅੱਗੇ ਵਧਣਗੇ ਕਿਸਾਨ ਅਤੇ ਲਗਾਤਾਰ ਦਿੱਲੀ ਵੱਲ ਕੂਚ ਕਰਨਗੇ। ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸਾਨ ਲਗਾਤਾਰ ਪਹੁੰਚ ਰਹੇ ਨੇ, ਰਸਤਿਆਂ 'ਚ ਪਹੁੰਚ ਚੁੱਕੇ ਨੇ, ਯਾਨੀ ਕਿ ਸ਼ੰਭੂ ਬਾਰਡਰ ਨੂੰ ਜਾਣਾ, ਹਰਿਆਣੇ 'ਚ ਐਂਟਰੀ ਕਰਨਗੇ, ਤਿਆਰੀਆਂ ਆਪਣੀਆਂ ਰਸਤੇ 'ਚ ਟਰਾਲੀਆਂ ਖੜਾ ਕੇ ਉੱਥੇ ਤਿਆਰੀਆਂ ਖਾਣ ਪੀਣ ਦੇ ਪ੍ਰਬੰਧ ਕਰ ਰਹੇ ਨੇ ਕਿ ਜਦੋਂ ਆਗੂਆਂ ਨੇ ਕਿਹਾ, ਇਸ਼ਾਰਾ ਕੀਤਾ ਤਾਂ ਅਸੀਂ ਨਾਲ ਦੀ ਨਾਲ ਅੱਗੇ ਵਧਾਂਗੇ, ਸ਼ੰਭੂ ਬਾਰਡਰ ਵੱਲ ਜਾਵਾਂਗੇ। ਸੋ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਟਰਾਲੀਆਂ ਕਿਸ ਤਰੀਕੇ ਨਾਲ, ਜਿਹੜੀਆਂ ਟਰਾਲੀਆਂ ਨੇ ਪੂਰੇ ਪ੍ਰਬੰਧ ਨੇ ਆਪਣੇ ਤੰਬੂ ਗੱਡਣ ਲਈ, ਕਿਸ ਤਰੀਕੇ ਨਾਲ ਸਾਰਾ ਜਿਹੜਾ ਪੁਖਤਾ ਪ੍ਰਬੰਧ ਕੀਤਾ ਹੋਇਆ ਕਿ ਜਿੱਥੇ ਪ੍ਰਦਰਸ਼ਨ ਕਰਨਾ ਦਿੱਲੀ ਜਾਣਾ ਤਾਂ ਉੱਥੇ ਅਸੀਂ ਪੂਰਾ ਆਪਣਾ ਸਮਾਨ ਆ ਜਿਹੜਾ ਕਿਤੇ ਨਾ ਕਿਤੇ ਉਹ ਲੈ ਕੇ ਜਾਈਏ, ਕੋਈ ਦਿੱਕਤ ਨਾ ਆਵੇ, ਉੱਥੇ ਆਪਣੇ ਘਰ ਬਣਾਈਏ ਅਤੇ ਉਵੇਂ ਜਿਵੇਂ ਖਾਣ ਪੀਣ ਦਾ ਸਾਰਾ ਪ੍ਰਬੰਧ, ਸਾਰਾ ਸਿਸਟਮ ਉੱਥੇ ਲੈ ਕੇ ਜਾ ਰਹੇ ਨੇ। ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਪੂਰੀਆਂ ਟਰਾਲੀਆਂ ਇੱਥੇ ਖੜੀਆਂ ਨੇ, ਟਰਾਲੀਆਂ ਦੀ ਕਿ ਜਦੋਂ ਆਗੂ ਕਹਿਣਗੇ, ਕਿਉਂਕਿ 13 ਫਰਵਰੀ ਨੂੰ ਹੋ ਸਕਦਾ ਸਵੇਰੇ ਕੂਚ ਕਰਨਾ ਹੋਵੇ ਜਾਂ 12 ਫਰਵਰੀ ਨੂੰ ਰਾਤ ਨੂੰ, ਅੱਜ ਰਾਤ ਨੂੰ ਕੂਚ ਕਰਨਾ ਹੋਵੇ। ਸੋ ਦੇਖਣਾ ਹੋਵੇਗਾ ਕਿ ਕਦੋਂ ਕਿਸਾਨ ਇੱਥੋਂ ਚੱਲਦੇ ਨੇ, ਯਾਨੀ ਕਿ ਐਵੇਂ ਜਿਵੇਂ ਦੀ ਸਿਸਟਮ ਕਈ ਜਗ੍ਹਾ 'ਤੇ ਕਿਸਾਨ ਰੁਕੇ ਹੋਏ ਨੇ, ਫਤਿਹਗੜ੍ਹ ਸਾਹਿਬ ਕਿਸਾਨ ਰੁਕੇ ਹੋਏ ਨੇ, ਇੱਧਰਲੀ ਬੈਲਟ ਮਾਲਵੇ ਵਾਲੀ ਬੈਲਟ ਵਾਲੇ ਕਿਸਾਨ ਉਹ ਪਟਿਆਲੇ ਦੇ ਕੋਲ ਰੁਕੇ ਹੋਏ ਨੇ, ਯਾਨੀ ਕਿ ਲਗਾਤਾਰ ਜਿਹੜੇ ਕਿਸਾਨ ਨੇ ਉਹ ਆਪਣੀਆਂ ਵੱਡੀਆਂ ਟਰਾਲੀਆਂ ਉਵੇਂ ਜਿਵੇਂ ਦੀਆਂ ਹੀ ਟਰਾਲੀਆਂ ਤਿਆਰ ਕਰਕੇ ਲੈ ਕੇ ਜਾ ਰਹੇ ਨੇ, ਕਿਉਂਕਿ ਪਹਿਲਾਂ ਜਾਂਚ ਵੀ ਆ ਗਈ ਇੱਕ ਕਿ ਕਿਸ ਤਰ੍ਹਾਂ ਤਰੀਕੇ ਨਾਲ ਸਾਨੂੰ ਕਿਸ ਤਰ੍ਹਾਂ ਦੀਆਂ ਲੋੜਾਂ ਚਾਹੀਦੀਆਂ ਨੇ ਉੱਥੇ। ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਦੇ ਟਰਾਲੇ ਕਿਸਾਨਾਂ ਦੇ ਤਿਆਰ ਕਰੇ ਹੋਏ ਨੇ। ਸੋ ਗੱਲਬਾਤ ਵੀ ਕਰਾਂਗੇ, ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ, ਬਾਈ ਜੀ ਹੋਰੀ, ਬਾਈ ਕੁਲਵਿੰਦਰ ਮੌਜੂਦ ਨੇ। ਕੁਲਵਿੰਦਰ ਬਾਈ, ਕਿਵੇਂ ਦੀਆਂ ਤਿਆਰੀਆਂ ਨੇ, ਕਿੱਥੋਂ ਪਹੁੰਚੇ ਹੋ, ਕਿਹੜੇ ਏਰੀਏ 'ਚੋਂ ਆਏ ਹੋ ਤੁਸੀਂ? ਬੜੀ ਵੱਡੀ ਤਿਆਰੀ ਹੈ ਜਿਹੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਯਾਦ ਦੇ ਵੱਲੋਂ ਕੀਤੀ ਗਈ ਹੈ। 13 ਫਰਵਰੀ ਜਿਹੜਾ ਦਿੱਲੀ ਕੂਚ ਦਾ ਪ੍ਰੋਗਰਾਮ ਹੈ, ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਲੋਂ ਦਿੱਤਾ ਗਿਆ ਹੈਗਾ, ਕਿਉਂਕਿ ਮੋਦੀ ਸਰਕਾਰ ਜਿਹੜਾ 3 ਕਾਲੇ ਕਾਨੂੰਨਾਂ ਨੂੰ ਮਾਫ਼ ਕਰਨ ਤੋਂ ਬਾਅਦ, ਉਹਨਾਂ ਨੂੰ ਰੱਦ ਕਰਨ ਤੋਂ ਬਾਅਦ ਸਾਰੀਆਂ ਜਿਹੜੀਆਂ ਸਾਡੀਆਂ ਪੈਂਡਿੰਗ ਮੰਗਾਂ ਸੀ ਉਹਨਾਂ ਨੂੰ ਆਪਣੇ ਦਫ਼ਤਰਾਂ ਦੇ ਵਿੱਚ ਫਾਈਲਾਂ ਦੇ ਵਿੱਚ ਦੱਬੀ ਬੈਠਾ ਹੈਗਾ। ਅਸੀਂ ਉਹਨਾਂ ਸਾਰੀਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਇੱਕ ਵੱਡਾ ਸੰਘਰਸ਼ ਆ ਜਿਹੜਾ ਦਿੱਲੀ ਮੋਰਚਾ 2 ਹੈ, ਉਹ ਅਸੀਂ ਦਿੱਲੀ ਦੀਆਂ ਬਰੂਹਾਂ 'ਤੇ ਜਿਹੜਾ ਲਾਉਣ ਜਾ ਰਹੇ ਹਾਂ। ਉਹਦੀ ਤਿਆਰੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਯਾਦ ਦੇ ਵੱਲੋਂ ਜਿਹੜੇ ਵੱਡੇ ਕਾਫਲੇ ਨੇ ਪੂਰੇ ਪੰਜਾਬ ਦੇ ਵਿੱਚੋਂ ਅੱਜ ਮਾਮਦਪੁਰ ਦੀ ਮੰਡੀ ਦੇ ਵਿੱਚ ਇਕੱਠੇ ਹੋਏ ਹਾਂ। ਤੁਸੀਂ ਦੇਖਿਆ ਟਰਾਲੀਆਂ ਦੇ ਵਿੱਚ ਸਾਰੀ, ਤੁਸੀਂ ਕੈਮਰਾ ਪਹਿਲਾਂ ਲੈ ਕੇ ਗਏ ਹੋ, ਪਹਿਲਾਂ ਆਗੂਆਂ ਨਾਲ ਗੱਲਬਾਤ ਕੀਤੀ ਆ, ਪੂਰੀ ਤਿਆਰੀ ਦੇ ਵਿੱਚ ਅੱਜ ਪਹੁੰਚੇ ਨੇ ਸਾਰੇ ਲੋਕ, ਵੱਡੀ ਤਿਆਰੀ ਹੈ। ਬਾਹਰੇ ਸਾਡੇ ਕੋਲ ਸਾਰੇ ਉਹ ਸਾਧਨ ਮੌਜੂਦ ਨੇ ਜਿਹੜੇ ਇੱਕ ਵੱਡਾ ਮੋਰਚਾ ਲਾਉਣ ਦੇ ਲਈ ਸਾਰੇ ਆਪਾਂ ਨੂੰ ਚਾਹੀਦੇ ਹੁੰਦੇ ਨੇ। ਅਸੀਂ ਸਾਰਾ ਕੁਝ ਸਿੱਖਿਆ ਪਹਿਲਾਂ ਵਾਲੇ ਮੋਰਚੇ ਦੇ ਵਿੱਚੋਂ ਕੀ ਲੋੜਾਂ ਨੇ, ਕੀ ਆਪਾਂ ਨੂੰ ਚਾਹੀਦਾ, ਉੱਥੇ ਸਮਾਨ ਚਾਹੀਦਾ। ਸੋ ਸਾਰੀ ਅਸੀਂ ਵੱਡੀ ਤਿਆਰੀ ਦੇ ਨਾਲ ਅੱਜ ਇੱਥੇ ਆਏ ਹੋਏ। ਬਿਲਕੁਲ, ਪਲੈਨਿੰਗ ਕੀ ਆ ਹੁਣ ਜਦੋਂ ਸ਼ੰਭੂ ਬਾਰਡਰ ਜਾਣਾ, ਤੁਸੀਂ ਉੱਥੇ ਰੁਕਣਾ, ਉੱਥੇ ਵੇਟ ਕਰਨੀ ਆ, ਉੱਥੇ ਬੈਠਣਾ, ਜਾਂ ਜਾਣਸਾਰ ਉੱਥੇ ਕੋਸ਼ਿਸ਼ ਕਰਨੀ ਆ ਕਿ ਬੈਰੀਗੇਡ ਨੂੰ ਸਾਈਡ 'ਤੇ ਕਰੀਏ, ਅੱਗੇ ਜਾਈਏ, ਜਾਂ ਇਹ ਤੁਸੀਂ ਪਲਾਨ ਹਜੇ ਕਰਨਾ? ਦੇਖੋ, ਇਹ ਤਾਂ ਹੁਣ ਮੋਦੀ ਸਰਕਾਰ ਦੇ ਸਿਰ 'ਤੇ ਆ, ਕਿਉਂਕਿ ਜਿਹੜਾ ਮੀਟਿੰਗਾਂ ਦਾ ਦੌਰ ਹੈ ਉਹ ਤੁਸੀਂ ਦੇਖਦੇ ਹੋ ਲਗਾਤਾਰ ਚੱਲ ਰਿਹਾ ਹੈਗਾ, ਮੀਟਿੰਗਾਂ ਨੇ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ। ਅਸੀਂ ਤਾਂ ਕਹਿ ਰਹੇ ਹਾਂ
ਵੀ ਸਾਡੀਆਂ ਮੰਗਾਂ ਸਾਨੂੰ ਦੇ ਦਿਓ, ਅਸੀਂ ਕਿਹੜਾ ਕੋਈ ਵਿਹਲੇ ਲੋਕ ਹਾਂ, ਅਸੀਂ ਵੀ ਘਰਾਂ ਦੇ ਕੰਮ ਕਾਰ ਛੱਡ ਕੇ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਛੱਡ ਕੇ ਸਾਰੇ ਆਪਣਾ ਕਿੱਤਾ ਛੱਡ ਕੇ ਆਇਆਂਗੇ, ਕਿਉਂਕਿ ਲੜਾਈ ਆ ਸਾਡੀ ਜਿਹੜੀ ਕਿਸਾਨੀ ਨੂੰ ਬਚਾਉਣ ਦੇ ਲਈ, ਸਾਡੀ ਖੇਤੀਬਾੜੀ ਨੂੰ ਬਚਾਉਣ ਦੇ ਲਈ, ਇੱਕ ਵੱਡਾ ਸੰਕਟ ਆ ਸਾਡੀ ਖੇਤੀ 'ਤੇ ਖੜ੍ਹਾ, ਸਾਡੀਆਂ ਜ਼ਮੀਨਾਂ 'ਤੇ ਖੜ੍ਹਿਆ, ਉਹਨਾਂ ਲਈ ਆਇਆਂ। ਸਾਨੂੰ ਕੋਈ ਬੈਰੀਕੇਡ ਤੋੜਨ ਦਾ ਸ਼ੌਂਕ ਨਹੀਂ ਹੈਗਾ, ਪਰ ਜਿਹੜੀ ਸਾਡੀ 13 ਤਰੀਕ ਦੀ ਕਾਲ ਹੈ, ਜੇ ਉਸ ਤੋਂ ਪਹਿਲਾਂ ਸਾਡੇ ਨਾਲ ਗੱਲਬਾਤ ਨਹੀਂ ਨਿਬੜਦੀ ਤਾਂ ਦੇਖਾਂਗੇ ਫਿਰ ਜਿਹੜਾ ਅਸੀਂ ਕਿਹਾ ਹੈਗਾ ਉਹ ਕਰਾਂਗੇ। ਗੱਲ ਤਾਂ ਇਹ ਵੀ ਆਈ ਆ ਕਿ ਨਿਬੜੀ ਨਹੀਂ ਜੀ, ਗੱਲਬਾਤ ਹੋਈ ਨਹੀਂ, ਮੀਟਿੰਗ ਬੇਸਿੱਟਾ ਹੀ ਰਹਿ ਗਈ ਤਕਰੀਬਨ, ਇਹ ਗੱਲਬਾਤ ਸਾਹਮਣੇ ਆ ਰਹੀ ਆ, ਫਿਰ ਹੁਣ ਤਾਂ ਜਾਣਾ ਹੀ ਆ, ਫਿਰ ਨਹੀਂ ਰੁਕਣਾ। ਦੇਖੋ ਹਲੇ ਮੀਟਿੰਗ ਆ ਜਿਹੜੀ ਉਹ ਚੱਲ ਰਹੀ ਹੈ, ਕੋਈ ਸਾਡੇ ਲਵੇ ਦੇ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਹੈ ਨਹੀਂ। ਬਾਕੀ ਜੋ ਵੀ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਲੋਂ ਦੋ ਫੋਰਮਾਂ ਵੱਲੋਂ ਜਿਹੜਾ ਵੀ ਕੋਈ ਕੌਲ ਆਊਗੀ, ਉਸ ਕੌਲ ਦੇ ਲਈ BKU ਏਕਤਾ ਯਾਦ ਦੇ ਜਿਹੜੀ ਸਮੁੱਚੀ ਟੀਮ ਹੈ, ਸਮੁੱਚੇ ਆਗੂ ਨੇ, ਉਹ ਕੌਲ ਦੇ ਉੱਪਰ ਜਿਹੜੇ ਫੁੱਲ ਚੜਾਉਣਗੇ। ਜਿਵੇਂ ਦੀ ਵੀ ਕੌਲ ਆਉਂਦੀ ਹੈ, ਅੱਗੇ ਜਾਣ ਨੂੰ ਆਉਂਦੀ, ਅੱਗੇ ਵੀ ਬੈਠਾਂਗੇ, ਜੇ ਹੋਰ ਤਰ੍ਹਾਂ ਦੀ ਹੁੰਦਾ ਉਹ ਵੀ ਕਰਾਂ। ਠੀਕ ਹੈ, ਬਾਕੀ ਦੇਖਿਆ ਇਹ ਜਾ ਰਿਹਾ ਕਿ ਸ਼ੰਭੂ ਬਾਰਡਰ, ਖਨੌਰੀ ਬਾਰਡਰ, ਖਨੌਰੀ ਵੱਲ ਹੋਰ ਜਥੇਬੰਦੀਆਂ ਜਾ ਰਹੀਆਂ ਜਾਂ ਕੀ ਪਲਾਨ ਕੀ ਹੈ ਰੂਟ ਪਲਾਨ ਦਾ? ਦੇਖੋ ਇਹ ਦੋ ਫੋਰਮਾਂ ਦੇ ਵੱਲੋਂ ਵੱਖੋ ਵੱਖਰਾ ਸੀ ਵੀ ਇੱਕ ਉੱਧਰ ਦੀ ਚੱਲਾਂਗੇ ਖਨੌਰੀ ਵਾਲੇ ਪਾਸਿਓਂ, ਇੱਕ ਸ਼ੰਭੂ ਵਾਲੇ ਪਾਸਿਓਂ। ਇਹ ਦੋ ਜਿਹੜੇ ਫੋਰਮ ਨੇ, ਦੋਨਾਂ ਫੋਰਮਾਂ ਦੇ ਵਿੱਚ ਕੋਈ ਐਵੇਂ ਦਾ ਨਹੀਂ ਹੈਗਾ ਕੋਈ ਵੰਡਿਆ ਹੋਏਗਾ, ਪਰ ਦੋਨਾਂ ਪਾਸਿਓਂ ਹੀ ਜਿਹੜਾ ਦਿੱਲੀ ਦੇ ਵਿੱਚ ਜਾਣ ਦਾ ਪ੍ਰੋਗਰਾਮ ਹੈ ਉਹ ਮਿੱਥਿਆ ਹੋਏਗਾ। ਠੀਕ ਹੈ, ਵੈਸੇ ਸ਼ੰਭੂ ਦੀ ਗੱਲਬਾਤ ਕਰੀਏ, ਸ਼ੰਭੂ ਘੱਗਰ ਦੇ ਜਿਹੜੇ ਬ੍ਰਿਜ ਨੇ ਪੂਰੇ, ਐਂ ਲਾ ਲਓ ਜੀ ਪੁਲਿਸ ਸੌਣੀ 'ਚ ਤਬਦੀਲ ਆ, ਉੱਥੇ ਬਹੁਤ ਨਾਕੇ ਲੱਗੇ ਹੋਏ ਨੇ, ਬਹੁਤ ਸਿਸਟਮ, ਕਿ ਉੱਥੇ ਤਾਂ ਇੱਕ ਸਿੰਗਲ ਬੰਦਾ ਨਹੀਂ ਲੰਘ ਸਕਦਾ ਹਰਿਆਣੇ ਵੱਲ, ਤੁਸੀਂ ਜਾਵੋਗੇ ਉੱਥੋਂ ਫਿਰ ਅੱਗੇ ਲੰਘਣ ਦੀ ਤਾਂ ਬਹੁਤ ਇੱਕ ਸਮੱਸਿਆ ਆਊ ਵੱਡੀ। ਇਹਦਾ ਜਵਾਬ ਤਾਂ ਤੁਸੀਂ ਸਿਆਣੇ ਹੋ, ਤੁਸੀਂ ਸਾਰਾ ਕੁਝ 2020 ਦੇ ਮੋਰਚੇ ਦੇ ਵਿੱਚ ਆਪਣੀਆਂ ਅੱਖਾਂ ਦੇ ਨਾਲ ਦੇਖਿਆ, ਉਸ ਸਮੇਂ ਵੀ ਖੱਟਰ ਸਰਕਾਰ ਨੇ ਕਿੰਨਾ ਜ਼ੋਰ ਰਾਇਆ ਸੀ, ਵੱਡੇ ਵੱਡੇ ਸਰੀਏ, ਵੱਡੇ ਬੈਰੀਕੇਡ, ਕੰਕਰੀਟ ਦੀਆਂ ਦੀਵਾਰਾਂ, ਉਹ ਵੱਡੀਆਂ ਬਿਸ਼ਾਰਾਂ ਵਾਲੀਆਂ ਗੱਡੀਆਂ, ਉਹ ਵੱਡੀਆਂ ਆਰਮੀਆਂ ਉੱਥੇ ਸੱਦੀਆਂ ਸੀ, ਪਰ ਪੰਜਾਬ ਦੇ ਲੋਕਾਂ ਨੇ, ਹਰਿਆਣੇ ਦੇ ਲੋਕਾਂ ਨੇ, ਭਾਰਤ ਦੇ ਲੋਕਾਂ ਨੇ, ਉਹ ਸਾਰੇ ਬੈਰੀਕੇਡਾਂ ਨੂੰ ਸਾਡੇ ਨੌਜਵਾਨਾਂ ਨੇ ਭੰਨ ਕੇ ਸ਼ਾਂਤਮਈ ਆ ਕੇ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਾਂ, ਅਤੇ ਉਹਨਾਂ ਧੌਣ 'ਚੋਂ ਕੀਲਾ ਮੋਦੀ ਦੇ ਕੱਢਿਆ, ਸਾਰੇ 3 ਕਾਲੇ ਕਾਨੂੰਨ ਵਾਪਸ ਕਰਾ ਕੇ ਮੁੜਿਆ। ਇਸ ਨਾਲ ਤਾਂ ਸਥਿਤੀ ਉਦੋਂ ਬਿਹਤਰ ਹੈ, ਹਰਿਆਣਾ ਜਿਹੜਾ 4 ਗੁਣਾ ਜ਼ਿਆਦਾ ਤਿਆਰੀ ਜਿਹੜੀ ਇਸ ਵਾਰ ਹਰਿਆਣੇ ਦੇ ਵਿੱਚ ਹੋਈ ਹੋਈ ਹੈ, ਇਹਦਾ ਅੰਦਾਜ਼ਾ ਤੁਸੀਂ ਖੱਟਰ ਸਰਕਾਰ ਤੋਂ ਲਗਾ ਸਕਦੇ ਹੋ, ਕਿੰਨੀ ਡਰੀ ਹੋਈ ਸਰਕਾਰ ਹੈ, ਕਿੰਨਾ ਪ੍ਰੈਸ਼ਰ ਮੰਨ ਰਹੀ ਹੈ, ਉਹ ਸਾਰਾ ਕੁਝ ਆ ਜਿਹੜਾ ਸਾਡੀ ਨੌਜਵਾਨੀ ਤੋਂ, ਸਾਡੇ ਕਿਸਾਨਾਂ ਤੋਂ, ਸਾਡੇ ਇੱਕੇ ਤੋਂ ਹੈ। ਪਰ ਹਰਿਆਣਾ ਸਰਕਾਰ ਦੀਆਂ ਤਿਆਰੀਆਂ ਨੇ ਜੀ ਇੰਟਰਨੈਟ ਸੇਵਾਵਾਂ ਬੰਦ ਕਰਤੀਆਂ, ਕਿ ਇੰਟਰਨੈਟ ਜ਼ਰੀਏ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਪਤਾ ਨਾ ਲੱਗ ਸਕੇ ਕਿੱਧਰੋਂ ਜਾਣਾ ਕਿਵੇਂ ਕੌਲ ਆ, ਅਤੇ ਬਾਕੀ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਤਿਆਰੀਆਂ ਨੇ ਉਹ ਤਾਂ ਆਪਾਂ ਦੇਖ ਹੀ ਰਹੇ ਹਾਂ, ਕਈ ਦਿਨਾਂ ਤੋਂ ਚੱਲ ਰਹੀਆਂ। ਬਿਲਕੁਲ, ਇਹ ਆਪਾਂ ਇਹਨੂੰ ਲੋਕਤੰਤਰ ਨਹੀਂ ਕਹਿ ਸਕਦੇ, ਕਿਉਂਕਿ ਲੋਕਤੰਤਰ ਦੇ ਵਿੱਚ ਜਿਹੜਾ ਸਾਡਾ ਸੰਵਿਧਾਨ ਹੈ ਸਾਨੂੰ ਹੱਕ ਦਿੰਦਾ, ਸਾਨੂੰ ਰੋਸ ਮੁਜ਼ਾਹਰੇ ਕਰਨ ਦਾ, ਸਾਡੀਆਂ ਮੰਗਾਂ ਸਰਕਾਰ ਤੋਂ ਮਨਵਾਉਣ ਦੇ ਲਈ ਅਸੀਂ ਕੋਈ ਰੋਸ ਮੁਜ਼ਾਹਰੇ ਕਰੀਏ, ਅਸੀਂ ਸ਼ਾਂਤਮਈ ਰੋਸ ਮੁਜ਼ਾਹਰੇ ਕਰ ਰਹੇ ਹਾਂ। ਸਾਡੇ ਕੋਲੋਂ ਕੋਈ ਐਵੇਂ ਦੀ ਕਾਲ ਤਾਂ ਹੈ ਨਹੀਂ, ਸਾਡੇ ਵੱਲੋਂ ਜੇ 13 ਤਰੀਕ ਦੀ ਕਾਲ ਹੈ ਤਾਂ ਅਸੀਂ ਪੰਜਾਬੀ ਹਾਂ, ਜਵਾਨ ਦੇ ਪੱਕੇ ਹਾਂ, ਤਾਂ ਅਸੀਂ 13 ਨੂੰ ਐਂਟਰ ਹੋਵਾਂਗੇ, ਤਾਂ ਉਸ ਤੋਂ ਪਹਿਲਾਂ ਹਰਿਆਣਾ ਦੀ ਖੱਟਰ ਸਰਕਾਰ ਦੇ ਵੱਲੋਂ ਇੰਟਰਨੈਟ ਬੰਦ ਕਰਕੇ, ਉੱਥੋਂ ਦੇ ਰੋਡ ਬੰਦ ਕਰਕੇ, ਉੱਥੋਂ ਲੰਘਣ ਵਾਲੇ ਉੱਥੋਂ ਦੇ ਰਾਹਗੀਰਾਂ ਨੂੰ ਅਤੇ ਐਂਬੂਲੈਂਸ ਵਗੈਰਾ ਨੂੰ, ਮਰੀਜ਼ਾਂ ਦੀਆਂ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਗੰਭੀਰ ਹਾਲ ਦੇ ਵਿੱਚ, ਉੱਥੋਂ ਲੰਘਣ ਨਹੀਂ ਜਾ ਰਿਹਾ, ਸ਼ਰਮਨਾਕ ਕਰ ਹੈ। ਇਸ ਤੋਂ ਪਤਾ ਲੱਗਦਾ ਕਿ ਜਿਹੜੀ ਖੱਟਰ ਸਰਕਾਰ ਹੈ ਤਾਨਾਸ਼ਾਹੀ ਦੇ ਰੁਪਈਏ 'ਤੇ ਉੱਪਰੀ ਹੋਈ ਹੈ, ਪਰ ਜਿੱਥੋਂ ਤੱਕ ਲੰਘਣ ਦੀ ਗੱਲ ਹੈ, ਇੰਟਰਨੈਟ ਬੰਦ ਕਰਨ ਦੀ ਗੱਲ ਹੈ, ਤਾਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਅਣਖੀ ਸੂਰਮੇ ਲੋਕ ਨੇ, ਇਹਨਾਂ ਨੂੰ ਕੋਈ ਐਵੇਂ ਤਾਂ ਰੋਕ ਨਹੀਂ ਸਕਦਾ ਕਿ ਇਹਨਾਂ ਨੂੰ ਅਸੀਂ ਬੰਨ ਕੇ ਰੱਖ ਲਾਂਗੇ, ਇਹ ਦਰਿਆਵਾਂ ਦੇ ਮੂੰਹ ਮਾਰਨ ਵਾਲੇ ਲੋਕ ਨੇ, ਅਸੀਂ ਲੰਘਾਂਗੇ। ਠੀਕ ਹੈ, ਬਿਲਕੁਲ ਜੀ, ਕੀ ਨਾਮ ਆ ਜੀ ਆਪਣਾ? ਜਸਵੀਰ ਸਿੰਘ ਜੀ। ਜਸਵੀਰ ਸਿੰਘ ਜੀ, ਕਿੱਥੋਂ ਆਏ ਹੋ, ਕਿਹੜੀ ਜਗ੍ਹਾ ਤੋਂ? ਮੈਂ ਭਾਰਤ ਕਿਸਾਨ ਯੂਨੀਅਨ ਏਕਤਾ ਆਜ਼ਾਦ ਦਾ ਜ਼ਿਲ੍ਹਾ ਆਗੂ ਹਾਂ। ਸੁਨਾਮ ਪਿੰਡ ਵੈਦੇ ਬਸ। ਠੀਕ ਹੈ, ਸਾਰੇ ਏਰੀਏ 'ਚੋਂ ਕਿਸਾਨ ਆ ਰਹੇ ਨੇ, ਸਾਰੇ ਪਾਸਿਓਂ ਉੱਧਰ ਦੇਖ ਰਹੇ, ਲੌਂਗੋਵਾਲ ਹੋ ਗਿਆ ਜੀ, ਬਰਨਾਲਾ ਸਾਈਡ ਆ ਹੋ ਗਏ, ਸਾਰੇ ਕਿਸਾਨ ਪਹੁੰਚ ਰਹੇ, ਸਾਰੇ ਕਿਸਾਨ ਜੀ ਲਹਿਰੇ ਤੋਂ ਵੀ ਆ ਰਹੇ ਨੇ, ਗਾਹਾਂ ਮਾਨਸਾ ਤੋਂ ਵੀ ਆ ਰਹੇ ਨੇ, ਗਾਹਾਂ ਮੋਗੇ ਤੋਂ ਵੀ ਆ ਰਹੇ ਨੇ, ਸਾਰੇ ਕਿਸਾਨ ਇੱਥੇ ਅੱਜ ਰਾਤ ਤੱਕ ਪਹੁੰਚ ਜਾਣਗੇ। ਕਿਵੇਂ ਲੱਗਦਾ ਹੌਸਲਾ ਪਹਿਲਾਂ ਜਿੰਨਾ ਹੀ ਆ, ਜਿਵੇਂ ਕਈ ਵਾਰੀ ਹੁੰਦਾ ਵੀ ਦੁਬਾਰਾ ਉਹ ਅੰਦੋਲਨ ਨਹੀਂ ਬਣ ਸਕਦੇ ਹੁੰਦੇ ਜੀ, ਔਖੇ ਨੇ ਬਣਾਉਣੇ, ਕੀ ਲੱਗਦਾ ਜਿਵੇਂ ਅੱਜ ਐਨਰਜੀ ਦੇਖੀਏ ਜਾਂ ਹੌਸਲਾ ਫਜਾਈ ਦੇਖੀਏ ਨੌਜਵਾਨਾਂ ਦੀ, ਜਾਂ ਤੁਸੀਂ ਪਹੁੰਚੇ ਹੋਏ ਹੋ ਇੱਥੇ? ਨਾ, ਹੌਸਲਾ ਬਹੁਤ ਹੈ ਜੀ, ਹੌਸਲਾ ਪਹਿਲਾਂ ਨੂੰ ਜ਼ਿਆਦਾ ਹੈ,
ਕਿਉਂਕਿ ਨੌਜਵਾਨ ਆਗੂ ਸਾਡੇ ਨਾਲ ਆ ਰਹੇ ਨੇ ਬਹੁਤ ਜ਼ਿਆਦਾ, ਨੌਜਵਾਨੀ ਸਾਡੇ ਦੇ ਵਿੱਚ ਬਹੁਤ ਜ਼ਿਆਦਾ ਆ ਰਹੀ ਹੈ, ਉਹਨਾਂ ਦਾ ਇੰਨਾ ਹੌਸਲਾ ਵੀ ਰੋਕ ਰੋਕ ਕੇ ਰੱਖੀ ਦੇ ਨੇ ਸਾਨੂੰ, ਤਾਂ ਨਹੀਂ ਉਹ ਤਾਂ ਐਂ ਕਹਿੰਦੇ ਵੀ ਅਸੀਂ ਹੁਣੀ ਚੱਕ ਕੇ ਪੱਥਰ ਪਰਾਂ ਮਾਰਾਂਗੇ, ਉਹ ਰੋਕ ਕੇ ਰੱਖੀ ਦੇ ਨੇ ਵੀ ਆਗੂਆਂ ਦੇ ਕਹਿਣੇ ਤੋਂ ਬਿਨਾਂ ਬਾਹਰ ਨਹੀਂ ਜਾਣਾ ਅਸੀਂ ਨੇ। ਹਾਂਜੀ ਠੀਕ ਹੈ, ਯਾਨੀ ਕਿ ਹੁਣ ਤਿਆਰੀਆਂ ਪੂਰੀਆਂ ਨੇ, ਸਾਰਾ ਸਮਾਨ ਸਮੂਨ ਲੈ ਕੇ ਜਾ ਰਹੇ ਹੋ ਤੁਸੀਂ? ਨਾ ਪੂਰਾ ਸਮਾਨ ਨਹੀਂ ਸਾਡੇ ਕੋਲ, ਬਾਕੀ ਦਾ ਹਰਿਆਣੇ ਸਾਨੂੰ ਭਰੋਸਾ ਦਿੱਤਾ ਵੀ ਸਾਰਾ ਸਮਾਨ ਢਾਉਣ ਢੂਣ ਵਾਲਾ ਚੱਕਣ ਵਾਲਾ ਵੀ ਅਸੀਂ ਲਿਆਵਾਂਗੇ, ਤੁਸੀਂ ਤਾਂ ਇਕੱਲਾ ਹੌਸਲਾ ਦੇਣਾ ਸਾਨੂੰ, ਨਾਲ ਲੱਗਣਾ। ਜਾਂ ਤੁਸੀਂ ਤਾਂ ਖਾਣ ਪੀਣ ਵਾਲਾ ਲਿਆਇਓ ਤੁਹਾਡਾ ਰਸਤੇ 'ਚ, ਜਿਹੜਾ ਜੂਜਿੰਗ ਵਾਲਾ ਉਹ ਲਿਆਇਓ। ਅਸੀਂ 6-6 ਮਹੀਨਿਆਂ ਦਾ ਰਾਸ਼ਨ, ਲੱਕੜਾਂ, ਸਾਰਾ ਸਮਾਨ 6-6 ਮਹੀਨਿਆਂ ਦਾ ਲੈ ਕੇ ਆਏ ਹਾਂ ਵੀ 6-6 ਮਹੀਨੇ ਨਹੀਂ ਮੁੜਦੇਗੇ, ਨਾ ਸਾਡੇ ਕਿਸਾਨ ਜਿਹੜੇ ਆਏ ਨਾਲ ਇਹ 6-6 ਮਹੀਨੇ ਮੁੜਦੇ ਨੇ, ਜਿਹੜੇ ਨਵੇਂ ਆਉਣਗੇ ਉਹ ਆਰਡਰ ਹੈ। ਨਾਲੇ ਹੁਣ ਬਾਰਡਰਾਂ ਦਾ ਵੀ ਕਿਸਾਨਾਂ ਨੂੰ ਭੇਜਤਾ ਵੀ ਕਿੱਥੋਂ ਬਿਜਲੀ ਲੈਣੀ ਆ ਜੀ, ਕਿਹੜੇ ਖੰਭਿਆਂ ਤੋਂ ਲਾਉਣੀ ਆ, ਕਿੱਥੇ ਜਗਾੜ ਬਣਾਉਣਾ ਆਪਣਾ, ਉਹ ਵੀ ਸਾਰਾ ਸਿਸਟਮ ਦਾ ਪਤਾ ਹੀ ਆ? ਉਹ ਤਾਂ ਜੀ ਪਿਛਲੇ ਦਿੱਲੀ ਦੇ ਅੰਦੋਲਨ ਦੇ ਵਿੱਚ ਸਭ ਸਿੱਖੇ ਹੋਏ ਨੇ ਸਾਰੇ ਕਿਸਾਨ, ਸਾਰਾ ਤਜਰਬਾ ਵੀ ਕਿਵੇਂ ਲੜਨਾ, ਕਿਵੇਂ ਪਿੱਛੇ ਹਟਣਾ, ਮਤਲਬ ਕੋਈ ਨੁਕਸਾਨ ਨਾ ਹੋਵੇ, ਅਤੇ ਜਿਹੜੀ ਸਰਕਾਰ ਦੇ ਬੰਦੇ ਨੇ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ, ਪੂਰੀ ਚੌਕਸੀ ਰੱਖਦੇ ਨੇ ਇਹ ਗੱਲ, ਨੌਜਵਾਨਾਂ ਤੋਂ ਲਾ ਕੇ ਸਾਰੇ ਬਜ਼ੁਰਗਾਂ ਤੱਕ ਪੂਰਾ ਖਿਆਲ ਰੱਖਦੇ ਨੇ ਇਹ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਆਸ ਦੇ ਵਿੱਚ ਦੋਨੋਂ ਦਾ। ਬਿਲਕੁਲ ਜੀ, ਸੋ ਕਿਸਾਨਾਂ ਦੀਆਂ ਪੂਰੀਆਂ ਤਿਆਰੀਆਂ ਨੇ ਅਤੇ ਕਹਿ ਰਹੇ ਨੇ ਕਿ ਅਸੀਂ ਆਪਣਾ ਸਾਰਾ ਸਮਾਨ ਲੈ ਕੇ ਜਾ ਰਹੇ ਹਾਂ, ਜਦਕਿ ਹਰਿਆਣੇ ਨੇ ਸਾਨੂੰ ਕਿਹਾ ਕਿ ਅਸੀਂ ਵੀ ਤੁਹਾਨੂੰ ਸਮਾਨ ਮੁਹੱਈਆ ਕਰਵਾਵਾਂਗੇ। ਜਿਹੜਾ ਹਰਿਆਣਾ ਪੁਲਿਸ ਪ੍ਰਸ਼ਾਸਨ ਨੇ ਬੈਰੀਕੇਡਿੰਗ ਕੀਤੀ ਆ ਕਿ ਅਸੀਂ ਸਾਈਡ 'ਤੇ ਕਰਵਾਵਾਂਗੇ ਅਤੇ ਤੁਹਾਨੂੰ ਦਿੱਲੀ ਲੈ ਕੇ ਜਾਵਾਂਗੇ ਅਤੇ ਨਾਲ ਅਸੀਂ ਜਾਵਾਂਗੇ, ਇੱਥੋਂ ਤੱਕ ਕਿਸਾਨ ਕਹਿ ਰਹੇ ਨੇ। ਹੁਣ ਦੇਖਣਾ ਹੋਵੇਗਾ ਕਿ ਵੱਡੇ ਵੱਡੇ ਕਾਫਲੇ ਸ਼ੰਭੂ ਬਾਰਡਰ 'ਤੇ ਕਦੋਂ ਪਹੁੰਚਦੇ ਨੇ, ਕਿਉਂਕਿ ਅੰਮ੍ਰਿਤਸਰ ਵੱਲ ਤੋਂ, ਮਾਲਵੇ ਵੱਲ ਤੋਂ, ਸਾਰੇ ਮਾਝਾ, ਮਾਲਵਾ, ਦੁਆਬਾ ਸਾਰੇ ਪਾਸਿਓਂ ਟਰਾਲੀਆਂ ਹੀ ਟਰਾਲੀਆਂ ਸ਼ੰਭੂ ਬਾਰਡਰ, ਖਨੌਰੀ ਬਾਰਡਰ ਵੱਲ ਜਾ ਰਹੀਆਂ ਨੇ ਅਤੇ 13 ਫਰਵਰੀ ਨੂੰ ਦੇਖਣਾ ਹੋਵੇਗਾ ਕਿ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਦੇ ਹਾਲਾਤ ਕੀ ਬਣਦੇ ਨੇ, ਉੱਥੋਂ ਕਿਸਾਨ ਅੱਗੇ ਕਿਵੇਂ ਜਾਂਦੇ ਨੇ, ਕਿਉਂਕਿ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਅੱਗੇ ਨਹੀਂ ਜਾਣ ਦੇਣਾ, ਕਿਸਾਨ ਕਹਿ ਰਹੇ ਨੇ ਅਸੀਂ ਦਿੱਲੀ ਜਾਵਾਂਗੇ। ਹੁਣ ਉਹ ਤਸਵੀਰ ਦੇਖਣੀ ਹੋਵੇਗੀ ਕਿ ਕਿਸ ਤਰੀਕੇ ਨਾਲ ਕਿਸਾਨ ਅੱਗੇ ਜਾਣਗੇ। ਕੈਮਰਾਮੈਨ ਪ੍ਰੀਤ ਬਸਰਾ, ਅਮਨਦੀਪ ਸਿੰਘ ਮਾਝਾ, ਸੈਂਟਰਲ ਪੰਜਾਬ ਟੀਵੀ, ਪਟਿਆਲਾ।